ਰੰਜੀਤ ਜੀ ਪੁੱਛ ਰਿਹਾ ਮਿੰਟੂ ਜੀ ਕਹਿੰਦੇ ਕਿ ਬਈ ਪੰਚਾਇਤੀ ਚੋਣਾਂ ਵਾਸਤੇ ਵੀ ਸਰਕਾਰ ਨੇ ਕਰੇ ਕਿ ਤਿਆਰੀ ਖਿੱਚ ਲਈ ਆ ਮਾਰਚ ਦੇ ਵਿੱਚ ਕਰਾਉਣ ਦੀ ਤੇਰੀ ਆ ਵੇਖੋ ਇਹ ਤੇ ਹੁਣ ਕਿਹੜੀ ਵਿੰਡੋ ਮਿਲਦੀ ਆ ਇਹਨਾਂ ਨੂੰ ਪਰ ਮਾਰਚ ਦੇ ਵਿੱਚ ਤਾਂ ਜੇ ਆਪਾਂ ਦੇਖੀਏ ਤਾਂ ਲੋਕ ਸਭਾ ਚੋਣਾਂ ਦਾ ਮਾਡਲ ਕੋਡ ਆਫ ਕੰਡਕਟ ਲੱਗ ਜਾਏਗਾ ਜੀ ਇਹ ਹੁਣ ਕਿੱਥੇ ਜੇ ਕਰਾਉਂਦੇ ਆ ਮਿੰਤੂ ਮੇਦੇ ਆ ਕਿ ਸ਼ਾਇਦ ਫਰਵਰੀ ਚ ਹੀ ਨਾ ਕਰਾ ਦੇਣ ਇਹੋਂ ਵੀ ਲੱਗਦਾ ਹੈ ਨਾ ਕਿ ਕੋਈ ਫਰਵਰੀ ਦਾ ਮਹੀਨਾ ਹਲੇ ਬਿਲਾ ਹੈਗਾ ਹੀ ਆ ਪਰ ਗੱਲ ਐ ਫਿਰ ਦਿਲ ਟੁੱਟੇ ਵਾਲਾਂ ਦਾ ਕੀ ਕਰਨਗੇ ਹੋ ਸਕਦਾ ਡੀਕਲੈਂਡ ਹਲੇ ਵੀ ਕੋਈ ਕਰਨੀ ਹੈ ਜਰਾ ਹਲੇ ਆਸਮੀਦ ਰੱਖੋ ਪਹਿਲਾਂ ਵੱਡੀਆਂ ਇਲੈਕਸ਼ਨਾਂ ਤੋਂ ਬਾਅਦ ਹੀ ਕਰਾ ਲਈਏ ਤੇ ਨਹੀਂ ਉਹ ਦੂਰ ਇੰਨੀ ਨਹੀਂ ਨਾ ਲਜਾਇਆ ਜਾ ਸਕਦਾ ਪੰਚਾਇਤਾਂ ਤੁਸੀਂ ਭੰਗ ਕਿਵੇਂ ਰੱਖ ਸਕਦੇ ਹੋ ਇੰਨਾ ਚਿਰ ਜੀ ਤੇ ਕੋਰਟ ਦੇ ਵਿੱਚ ਉਹ ਫੇਰ ਖਿੱਚ ਲੈਣਗੇ ਜੀ ਤੇ ਕੋਰਟ ਤੋਂ ਤੇ ਡਰਦੇ ਬਹੁਤ ਨੇ ਅੱਜਕੱਲ ਕਿ ਕਿਤੇ ਹੋਰ ਨਾ ਪੰਗਾ ਪੈ ਜਾਵੇ ਸੋ ਲਿਆਜ਼ਾ ਇਲੈਕਸ਼ਨ ਤੇ ਕਿਉਂਕਿ 10 ਜਨਵਰੀ ਤੱਕ ਪੰਚਾਇਤਾਂ ਚੁਣੀਆਂ ਹੋਣੀਆਂ ਜ਼ਰੂਰੀ ਸੀਗੀਆਂ ਜੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 10 ਦਿਨਾਂ ਬਾਅਦ ਆ ਗਏ ਤੇ ਹੁਣ ਜੇ ਮੰਨ ਲਓ ਆਪਾਂ ਇਹ ਵੇਖੀਏ ਕਿ ਲੋਕ ਸਭਾ ਦਾ ਇਲੈਕਸ਼ਨ ਟਪਾ ਕੇ ਤੇ ਫਿਰ ਪੰਚਾਇਤੀ ਇਲੈਕਸ਼ਨ ਕਰਵਾਉਣਗੇ ਤਾਂ ਫਿਰ ਤੇ ਕਹਾਣੀ ਗਈ ਚਲੀ ਜੂਨ ਦੇ ਵਿੱਚ ਜੀ ਤਾਂ ਇਹਦਾ ਮਤਲਬ ਹੈ ਕਿ ਉਦੋਂ ਤੀਕ 6 ਮਹੀਨੇ ਪੰਚਾਇਤਾਂ ਜਿਹੜੀਆਂ ਸਸਪੈਂਡ ਰਹਿਣਗੀਆਂ ਤੇ ਇਹਦਾ ਫਿਰ ਕਾਨੂੰਨੀ ਘੇਰਾ ਵੀ ਪੈ ਸਕਦਾ ਉਮੀਦ ਹੈ ਕਿ ਫਰਵਰੀ ਚ ਕਰਵਾ ਸਕਦੇ ਆ ਕਿਉਂਕਿ ਅੱਗੇ ਨਿਗਮ ਵਾਲੀਆਂ ਚੋਣਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਨਾ ਕਿ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਖੜਿਆ ਗਿਆ ਸੀਗਾ ਜੀ ਪੰਚਾਇਤੀ ਚੋਣਾਂ ਚ ਵੀ ਖੜਿਆ ਗਿਆ ਸੀਗਾ ਉਹ ਆਪਾਂ ਵੇਖਿਆ ਹੀ ਹੈ ਜਦੋਂ ਇਹਨਾਂ ਨੇ ਪੰਮ ਕਰ ਦਿੱਤੀਆਂ ਸਨ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਹੋ ਸਕਦਾ ਹੈ ਕਿ ਭਾਈ ਫਰਵਰੀ ਚ ਕਰਵਾ ਲੈ ਜੀ 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 ਗੱਲ ਬਿਲਕੁਲ ਤੁਹਾਡੀ ਠੀਕ ਹੈ ਬਾਕੀ ਦੇਖਦੇ ਹੈ ਭਾਈ ਕਿ ਅੱਗੇ ਕੀ ਹੈ ਕਿਉਂਕਿ ਅੱਜ ਇੱਕ ਪੱત્ર ਆਇਆ ਹੈ ਬਾਹਰ ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਤਿਆਰੀ ਕਰ ਲੈਣ ਵੈਸੇ ਹਾਂਜੀ ਉਹ ਤਾਂ ਸਭ ਪ੍ਰਸ਼ਾਸਕ ਵਗੈਰਾ ਜਿਹੜੇ ਉਹ ਤੇ ਲਾਉਣੇ ਆ ਇਹਨਾਂ ਨੇ ਜੀ 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 ਉਹ ਕਮ ਅਰੰਭਣਗੇ ਤੇ ਤਦ ਹੀ ਆ ਨਾ ਜੀ ਜੀ ਬਾਕੀ ਜਿਹੜੇ ਪੰਚਾਇਤੀ ਚੋਣਾਂ ਲੜਨ ਦੇ ਈਸ਼ੂ ਕਾ ਉਹ ਬੰਦੇ ਤੇ ਬੈਠਕਾ ਮਾਰਦੇ ਪਏ ਆ ਜੀ ਉਹਨਾਂ ਦੀ ਤੇ ਤਿਆਰੀ ਆ ਅਲੱਗ-ਪਗ ਤਿਆਰੀ ਆ ਸਾਰਿਆਂ ਦੀ ਕਿ ਹਾਂ ਭਾਈ ਆਈਏ ਮੈਦਾਨ ਚ ਵੇਖਣਾ ਇਹ ਹੋਏਗਾ ਕਿ ਇਹ ਜਿਹੜੇ ਕ੍ਰਾਂਤੀਵੀਰ ਨੇ ਕੀ ਪੰਚਾਇਤੀ ਚੋਣਾਂ ਜੜੀਆਂ ਨੇ ਉਹ ਉਸੇ ਢੰਗ ਨਾਲ ਕਰਵਾਉਣਗੇ ਜਿਸ ਢੰਗ ਨਾਲ ਦੂਜੇ ਕਰਾਉਂਦੇ ਹੁੰਦੇ ਸਨ ਕਿਉਂਕਿ ਮਾਹੌਲ ਬਹੁਤ ਤਗੜਾ ਬਣ ਜਾਏਗਾ ਨਾ ਗਾਂ ਇਲੈਕਸ਼ਨ ਹੈ ਇਲੈਕਸ਼ਨ ਕਿਹੜਾ ਲੋਕ ਸਭਾ ਦਾ ਜੀ ਹਰ ਹਾਲਤ ਦੇ ਵਿੱਚ ਇੱਕ ਤਕੜੀ ਜਿੱਤ ਜਿਹੜੀ ਆਵਾਮ ਦੀ ਪਾਰਟੀ ਦਰਜ ਕਰਨਾ ਚਾਹੇਗੀ ਤਾਂ ਕੀ ਉਸ ਸੂਰਤ ਦੇ ਵਿੱਚ ਉਸ ਟੀਚੇ ਨੂੰ ਹਾਸਲ ਕਰਨ ਵਾਸਤੇ ਕਿ ਆਮ ਆਦਮੀ ਪਾਰਟੀ ਵੈਸਾ ਹੀ ਇਲੈਕਸ਼ਨ ਵਿਖਾਏਗੀ ਜੋ ਆਪਾਂ ਵੇਖਿਆ ਅਜ ਤੱਕ ਜਾਂ ਇੱਕ ਵੱਖਰਾ ਇਲੈਕਸ਼ਨ ਹੋਏਗਾ ਕਿ ਹਾਂ ਭਾਈ ਇਹ ਜਿਹੜੀਆਂ ਇਕਾਈਆਂ ਨੇ ਪੰਚਾਇਤੀ ਇਕਾਈਆਂ ਨੇ ਤੁਸੀਂ ਆਪਣੇ ਆਪ ਚੁਣੋ ਕਿਸੇ ਵੱਡੇ ਲੀਡਰ ਦਾ ਵਿੱਚ ਕੋਈ ਦਖਲ ਨਹੀਂ ਹੋਏਗਾ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਇਹ ਵੇਖਣ ਵਾਲੀ ਗੱਲ ਹੋਏਗੀ ਇਲੈਕਸ਼ਨ ਤੇ ਮੈਨੂੰ ਮਿਲਦੇ ਜੇ ਕਰਾਉਣਾ ਤਾਂ ਇਹ ਫਰਵਰੀ ਫਰਵਰੀ ਚ ਕਰਵਾਉਣਗੇ ਜੀ ਜੀ ਬਾਕੀ ਦੇਖਦੇ ਅੱਗੇ ਕੀ ਹੈ ਭਾਈ ਉਹ ਵਿਖਦੇ ਉੱਤੇ ਡਿਪੈਂਡ ਕਰਦਾ ਹੈ ਚੀਜ਼ਾਂ ਤੇ ਫਿਲਹਾਲ ਭਾਈ ਕੋਈ ਗੱਲ ਨਹੀਂ ਆਪਾਂ ਅਕਾਲੀ ਵਸਪਾ ਗਠੀਓੜ ਦੇ ਉੱਤੇ ਅੱਗੇ ਜਾ ਕੇ ਜਿਹੜਾ ਗੱਲ ਗਠੀਓੜ ਦੀ ਕਰਾਂਗੇ ਤਾਂ ਉਸ ਵੇਲੇ ਆਪਾਂ ਗੱਲ ਕਰ ਲਾਂਗੇ ਮਿੰਟੂ ਜੀ ਇਧਰੋਂ ਜਰਾ ਚੱਲ ਜੀ ਆਪਾਂ ਸੁਖਪਾਲ ਸਿੰਘ ਖੈਰਾ ਨੂੰ ਕਹਿੰਨੇ ਕੇ ਐਟ ਦੀ ਐਂਡ ਮਿਲ ਗਈ ਕਹਿੰਦੇ ਕਿ ਬਾਈ ਜਮਾਨਤ ਤੋਂ ਬੇਲ ਬਣ ਪਰਨ ਕੀ ਹੋ ਸਕਦਾ ਆਪਣੇ ਪ੍ਰੋਗਰਾਮ ਚੱਲਦੇ ਜਾ ਉਸ ਤੋਂ ਬਾਹਰ ਬਾਹਰ ਆ ਜਾਣ ਪਰ ਇਹ ਅੱਖੇ ਬਾਈ ਬੜਾ ਪੇਚੀਦਾਰ ਮਾਮਲਾ ਬਣਿਆ ਹੋਇਆ ਸੀਗਾ ਲੱਗਦਾ ਸੀ ਕਿ ਹਾਲੇ ਹੋ ਸਕਦਾ ਕਿ ਕਿਉਂਕਿ ਪਿਛਲੇ ਦਿਨੀ ਜਿਹੜਾ ਖਬਰਾਂ ਆਂਗਾ ਸੀਗਾ ਕਿ ਖੈਰਾ ਸਾਹਿਬ ਆ ਜਿਹੜੇ ਉਹ ਮਿਲਣਾ ਸ਼ਰਮ ਨਾਲ ਲੋੜੀ ਵਾਲੇ ਦਿਨੀ ਸ਼ਰਮ ਨਾਲ ਜਨਮ ਦਿਨ ਸੀਗਾ ਕਹਿੰਦੇ ਕਿ ਬਾਈ ਜਨਮ ਦਿਨ ਤਾਂ ਜੇਲ੍ਹ ਚ ਮਨਾਉਣਗੇ ਹਾਲੇ ਹੋ ਸਕਦਾ ਕੁਝ ਦਿਨ ਹੋਰ ਠਹਿਰਨਾ ਪੈ ਜੇ ਪਰ ਮਿਲ ਗਈ ਦਿਲੇ ਪਾਸੇ ਇਹਨਾਂ ਨੇ ਪਰਿਵਾਰ ਨੂੰ ਜਾਂ ਕਹ ਲੋ ਕਿ ਇਹਨਾਂ ਦੇ ਸਮਰਥਕਾਂ ਲਈ ਇੱਕ ਚੰਗੀ ਖਬਰ ਹਾਂਜੀ ਦੇਖੋ ਅੱਗੇ ਵੀ ਆਪਾਂ ਗੱਲ ਕਹੀ ਸੀਗੀ ਗੱਲ ਕੀਤੀ ਸੀਗੀ ਜੀ ਕਿ ਜਿਹੜਾ ਇਹ ਦੂਸਰਾ ਪਰਚਾ ਹੈ ਇਹ ਮਤਲਬ ਕਿ ਐਡਾ ਕੋਈ ਵੱਡਾ ਪਰਚਾ ਨਹੀਂ ਸੀਗਾ ਜੀ ਕਿ ਜਿਹਦੇ ਵਿੱਚ ਜ਼ਮਾਨਤ ਲੈਣੀ ਬਹੁਤ ਔਖੀ ਆ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਉਦੋਂ ਨੂੰ ਦੱਸਿਆ ਵੀ ਸੀਗਾ ਇਸ ਕੇਸ ਦੀ ਆਪਾਂ ਥੋੜੀ-ਬੋਤੀ ਵਿਆਖਿਆ ਵੀ ਕੀਤੀ ਸੀਗੀ ਕਿ ਟੇਡਾ ਤੇ ਜ਼ਰੂਰ ਆ ਟੇਡਾ ਹੋ ਜਾਂਦਾ ਪਰ ਇਹਦੇ ਵਿੱਚ ਮੈਂ ਨਾ ਇੱਕ ਸਾਡੇ ਮਿੱਤਰ ਆ ਉਹ ਪੁਲਿਸ 'ਚ ਰਹਿ ਚੁੱਕੇ ਆ ਸਪੋਰਟਸ ਦਾ ਉਹਨਾਂ ਦਾ ਬੈਕਗ੍ਰਾਉਂਡ ਆ ਉਹਨਾਂ ਨੇ ਇੱਕ ਪਰਚਾ ਦਿੱਤਾ ਸੀਗਾ ਆਪਣੇ ਮਲੂੜ ਦੇ ਬੰਦੇ ਤੇ ਐਸਾ ਤਾਂ ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹ ਸਾਰਾ ਕੁਝ ਬੜਾ ਬਰੀਕੀ ਨਾਲ ਦੇਖ ਰਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਕੁਝ ਨਹੀਂ ਹੋਣਾ ਇੰਨਾ ਚੀਜ਼ਾਂ ਨੂੰ ਸਾਬਤ ਕਰਨਾ ਬਹੁਤ ਔਖਾ ਹੈ ਜੀ ਤਾਂ ਵਾਕਿਆ ਹੁਣ ਗੱਲ ਤੇ ਇਹ ਆ ਕਿ ਤੁਸੀਂ ਵੇਖੋ ਜਦੋਂ ਵਾਰੀ-ਵਾਰੀ ਇਹ ਕਹੀ ਜਾਂਦੇ ਸੀ ਰਿਕਾਰਡ ਜੇ ਅੱਜ ਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਉਤੋਂ ਹੀ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਸਰਕਾਰ ਇਸ ਸਾਰੇ ਮਾਮਲੇ ਨੂੰ ਬਣਵਾਤ ਬੈਠੀ ਆ ਪਰ ਉਹਦੇ ਵਿੱਚ ਹੁਣ ਜ਼ਿਆਦਾ ਦੇਰ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਸੇਖਾਂ ਪਿੱਛੇ ਡਟਣਾ ਸ਼ਾਇਦ ਇਹਨਾਂ ਦੇ ਵਾਸਤੇ ਗੱਲ ਨਾ ਹੋਵੇ ਰਿਕਾਰਡ ਤਿੰਨ ਚਾਰ ਪੇਸ਼ੀਆਂ ਤੇ ਲਿਆਈ ਨਾ ਜੇ ਲਿਆਏ ਆ ਤੇ ਤੁਹਾਡੇ ਸਾਹਮਣੇ ਜ਼ਿਰਾ ਹੋ ਗਿਆ ਨਾਲ ਦੀ ਨਾਲ ਜੱਜ ਨੇ ਸਮਾਪਤ ਦੇ ਦਿੱਤੀ ਕਿਉਂਕਿ ਜੱਜ ਸਾਰਾ ਕੇਸ ਇੱਕ ਵਾਰੀ ਖੋਲ ਕੇ ਵੇਖਦਾ ਹੀ ਆ ਨਾ ਕਿ ਕੀ ਮਾਮਲਾ ਹੈ ਤੇ ਦੂਸਰੇ ਪਾਸੇ ਇਸੇ ਪਰਚੇ ਨੂੰ ਚੈਲੰਜ ਹੋਇਆ ਹਾਈ ਕੋਰਟ ਦੇ ਵਿੱਚ فرض کرو ਉੱਥੇ ਕੱਲ ਨੂੰ ਕਵੈਸ਼ਿੰਗ ਹੋ ਗਈ ਤੇ ਬਿਲਕੁਲ ਹੀ ਮਾਮਲਾ ਸਾਫ ਹੋ ਜਾਣਾ ਮਸਲਾ ਤੇ ਇਹ ਆ ਨਾ ਕਿ ਵੇਖੋ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ ਮਤਲਬ ਕਿ 2 3 ਵਜੇ ਰਾਤ ਨੂੰ ਜਦੋਂ ਦਿਨ ਨਹੀਂ ਸੀ ਚੜਿਆ ਇਹ ਸਾਰਾ ਕੁਝ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਕਿਉਂਕਿ ਉੱਥੇ ਹੁਣ ਜੇ ਆਪਾਂ ਇਸ ਚੀਜ਼ ਦਾ ਜਵਾਬ ਲਬੀਏ ਤਾਂ ਮੁੱਖ ਮੰਤਰੀ ਸਾਹਿਬ ਉਦੋਂ ਪੰਜਾਬ 'ਚ ਨਹੀਂ ਸਨ ਤੁਹਾਨੂੰ ਯਾਦ ਹੋਣਾ ਜੀ ਤੇ ਮੈਂ ਹਮੇਸ਼ਾ ਇਸ ਚੀਜ਼ ਨੂੰ ਵੇਖਿਆ ਵਾ ਕਿ ਕਿਸੇ ਲੀਡਰ ਦੇ ਖਿਲਾਫ ਕਦੇ ਆਪਾਂ ਸੋਚ ਸਕਦੇ ਹਾਂ ਕਿ ਪੁਲਿਸ ਆਪਣੇ ਪੱਧਰ ਤੇ ਐਡਾ ਵੱਡਾ ਕਦਮ ਚੁੱਕ ਲੈ ਗਈ ਮੇਰਾ ਤਾਂ ਮੰਨਣਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਥੋਂ ਦੀ ਸਥਾਨਕ ਪੱਧਰ ਦੀ ਆਪਣੀ ਜਿਹੜੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਮੋਰੀ ਲੀਡਰਸ਼ਿਪ ਆ ਬਿਲਕੁਲ ਜਿਹੜੀਆਂ ਸਿਖਰਲੀਆ ਸਫਾਂ ਦੀ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਇਸ ਮਾਮਲੇ 'ਚ ਸਾਰਾ ਕੁਝ ਕਰ ਰਹੀ ਸੀ ਜਾਂ ਕਰਵਾ ਰਹੀ ਸੀਗੇ ਤੇ ਉਹ ਤੁਹਾਨੂੰ ਪਤਾ ਹੀ ਆ ਸੁਖपाल ਸਿੰਘ ਖਹਿਰਾ ਦੇ ਨਾਲ ਵੈਸੇ ਵੀ ਥੋੜੇ ਪਰਸਨਲੀ ਵੀ ਜੇ ਆਪਾਂ ਤਾਲੁਕਤ ਵੇਖੀਏ ਤਾਂ ਕੋਈ ਬਹੁਤੇ ਸੁਖਾਵੇਂ ਨਹੀਂ ਹੈਗੇ ਮਾਨ ਸਾਹਿਬ ਦੇ ਜੀ ਇਹਨਾਂ ਦੇ ਆਪਣੇ ਜਿਹੜੇ ਇੱਕ ਰਾਜਨੀਤਿਕ ਤੌਰ ਤੇ ਆਪਾਂ ਵੇਖੀ ਜਿਹੜੇ ਰਿਸ਼ਤੇ ਹੁੰਦੇ ਆ ਆਪਸ ਚ ਲੀਡਰਾਂ ਦੇ ਉਹਦੇ ਚ ਕਈ ਲੀਡਰਾਂ ਦੀ ਤਲਕੀ ਬਹੁਤ ਘੱਟ ਹੁੰਦੀ ਆ ਜੀ ਇਹ ਬੰਦਾ ਕਿ ਕਈਆਂ ਦੀ ਬਹੁਤ ਜ਼ਿਆਦਾ ਬਣਦੀ ਹੁੰਦੀ ਆ ਬੇਸ਼ੱਕ ਆਪੋਜ਼ਿਟ ਹੋਣ ਪਰ ਇੱਥੇ ਤੇ ਇਹ ਪਰਸਨਲ ਹੋ ਜਾਂਦੇ ਨੇ ਇੱਕ ਦੂਜੇ ਤੇ ਤਾਂ ਹੁਣ ਚਲੋ ਰਾਹਤ ਮਿਲ ਗਈ ਆ ਪਰ ਮਸਲਾ ਤੇ ਉੱਥੇ ਖਲੋਤਾ ਹੈ ਕਿ ਜੋ ਕੇਸ ਬਣਾਇਆ ਗਿਆ ਉਹਨੂੰ ਤੇ ਛੱਡ ਦਿਓ ਐਨਡੀਪੀਐਸ ਵਾਲਾ ਉੱਤੇ ਹੁਣ ਚੱਲੇਗਾ ਉਹਦੇ ਚ ਅਗਾ ਕੀ ਹੁੰਦਾ ਪਤਾ ਨਹੀਂ ਆ ਪਰ ਜਿਹੜਾ ਇਹ ਬਣਾਇਆ ਗਿਆ ਕੇਸ ਹੈ ਕੀ ਰਿਮਾਂਡ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਮੇਰਾ ਸਵਾਲ ਉੱਥੇ ਦਾ ਉੱਥੇ ਆ ਕਿ ਸੁਪਾਲ ਸਿੰਘ ਖਹਿਰਾ ਦੀ ਤੁਸੀਂ ਹਿਰਾਸਤ ਲੈ ਲਈ ਜੀ ਰਿਮਾਂਡ ਲੈ ਲਿਆ ਰੀਮਾਰਡ ਤੋਂ ਬਾਅਦ ਜਿਹੜੇ ਉਹ ਦੋ ਕਥਿਤ ਆਣ ਪਛਾਤੇ ਆ ਕਿ ਭਾਈ ਇਹ ਧਮਕੀ ਦੇਣ ਵਾਸਤੇ ਆਏ ਸਨ ਉਹ ਬੰਦੇ ਕਿੱਥੇ ਨੇ ਜੀ ਕੀ ਪੁਲਿਸ ਉਹਨਾਂ ਨੂੰ ਟ੍ਰੇਸ ਕਰ ਚੁੱਕੀ ਹੈ ਜਾਂ ਕਰ ਲਵੇਗੀ ਕਿਉਂਕਿ ਤੁਸੀਂ ਜਦੋਂ ਆਪਣੀ ਹਿਰਾਸਤ ਲੈ ਲਈ ਰਿਮਾਰਡ ਦੀ ਹਿਰਾਸਤ ਲੈ ਲਈ ਸਾਰਾ ਮਾਮਲਾ ਤੁਸੀਂ ਉਹਨਾਂ ਸ਼ਾਨ ਦੇ ਵਿੱਚੋਂ ਗੁਜ਼ਾਰ ਦਿੱਤਾ ਤਾਂ ਉਹ ਬੰਦੇ ਕਿੱਥੇ ਨੇ ਆਬੀਅਸ ਹੈ ਨਾ ਕਿ ਸਵਾਲ ਉੱਠੇਗਾ ਕਿ ਜਿਹੜੇ ਬੰਦਿਆਂ ਨੇ ਧਮਕੀ ਦਿੱਤੀ ਆ ਜਦ ਤੱਕ ਉਹ ਫੜੇ ਨਹੀਂ ਜਾਊਗੇ ਜਦ ਤੱਕ ਉਹ ਕਹਿਣਗੇ ਨਹੀਂ ਕਿ ਹਾਂਜੀ ਸਾਨੂੰ ਤੇ ਖੈਰਾ ਹੀ ਨਿਕਲਿਆ ਕਿੱਥੇ ਕੇਸ ਖਲੋਵੇਗਾ ਤੁਸੀਂ ਸੋਚ ਕੇ ਵੇਖੋ ਇੱਕ ਬੜਾ ਇਹਦੇ ਵਿੱਚ ਤੇ ਸਾਫ਼ ਜਾ ਕਹਲੋ ਕਿ ਆਪਣਾ ਜਿਹੜਾ ਨਤੀਜਾ ਨਿਕਲਦਾ ਫਿਰ ਇੱਕ ਨੰਬਰ ਦਾ ਜ਼ਿਕਰ ਹੈ ਕਿ ਇਹਦੇ ਤੋਂ ਕਾਲ ਆਈ ਆ ਕੀ ਪਤਾ ਕਿਸ ਨੇ ਕੀਤੀ ਆ ਕਿਸ ਨੇ ਨਹੀਂ ਕੀਤੀ ਉਹ ਨੰਬਰ ਕੀਤਾ ਟ੍ਰੇਸ ਕਰਕੇ ਕੀ ਉਹ ਬੰਦਾ ਹਿਰਾਸਾ 'ਚ ਲਾਉਂਗੇ ਤੁਸੀਂ ਫਿਰ ਉਹਦੇ ਤੋਂ ਤੁਸੀਂ ਇਹ ਗੱਲ ਜਿਹੜੀ ਆ ਉਦੇ ਮੂੰਹ ਕਢਾਓਗੇ ਕਿਹਾ ਜੀ ਸੁਖਪਾਲ ਸਿੰਘ ਖਹਿਰਾ ਨੇ ਕੇਸ ਪ੍ਰਭਾਵਿਤ ਕਰਨ ਵਾਸਤੇ ਸਾਨੂੰ ਕਿਹਾ ਸੀਗਾ ਤੇ ਮੈਨੂੰ ਨਹੀਂ ਉਮੀਦ ਕਿ ਕੋਈ ਇਸ ਤਰ੍ਹਾਂ ਦਾ ਬੇਵਕੂਫਾਨਾ ਕੰਮ ਕਰ ਸਕਦਾ ਜਿਹੜਾ ਆਪੋਜੀਸ਼ਨ ਚ ਬੈਠਾ ਬੰਦਾ ਜੀ ਕਦੇ ਇਸ ਤਰ੍ਹਾਂ ਦੀ ਕੋਈ ਗਲਤੀ ਕਰੇ ਕਿਉਂਕਿ ਉਹ ਤੇ ਪਹਿਲਾਂ ਹੀ ਘਿਰਿਆ ਪਿਆ ਤੇ ਉਹਨੂੰ ਪਤਾ ਕਿ ਮੁੱਖ ਮੰਤਰੀ ਦੇ ਨਾਲ ਮੇਰੇ ਤਾਲੁਕਾ ਜਿਹੜੇ ਆ ਮੇਰੇ ਸਿਆਸੀ ਰਿਸ਼ਤੇ ਜਿਹੜੇ ਬਹੁਤ ਖਰਾਬ ਚੱਲ ਰਹੇ ਆ ਮੈਨੂੰ ਨਹੀਂ ਲੱਗਦਾ ਕੋਈ ਨੇਤਾ ਜੇ ਕਰਦਾ ਤੇ ਫਿਰ ਤਾਂ ਬੜਾ ਕਹਿ ਲਈਏ ਕਿ ਬੇਵਕੂਫਾਨਾ ਜਿਹਾ ਕਦਮ ਹੈ ਜੀ ਕਿ ਇੱਕ ਤੁਸੀਂ ਪਹਿਲਾਂ ਪੰਗੇ ਚ ਪਏ ਉਹ ਤੇ ਦੂਸਰੇ ਪੰਕੇ ਦੇ ਵਿੱਚ ਕਿਉਂ ਪਾਉਂਗੇ ਤੁਸੀਂ ਗੱਲ ਬਿਲਕੁਲ ਠੀਕ ਹੈ ਜਦੋਂ ਬੰਦਾ ਆਪ ਹੀ ਵਿਪਤਾ ਚ ਹੋਵੇ ਯਾਰ ਉਹ ਸੋਚੇਗਾ ਕਿ ਇੱਕ ਵਾਰੀ ਐਟਲੀਸਟ ਇਧਰੋਂ ਨਿਕਲ ਗਏ ਪਹਿਲਾਂ ਨਵੀਂ ਵਿਪਤਾ ਕਿਉਂ ਸਹੇੜੇਗਾ ਕੋਈ ਬੰਦਾ ਇਸ ਤਰ੍ਹਾਂ ਦੇ ਨਾਲੇ ਤੁਸੀਂ ਕਿੰਨੇ ਕੇਸ ਵੇਖਦੇ ਹੋ ਆ ਗੈਂਗਸਟਰ ਵਗੈਰਾ ਤੇ ਜਿਹੜੇ ਹਾਰਡ ਕੋਰ ਕ੍ਰਾਈਮਨਲ ਜਿਨ੍ਹਾਂ ਦਾ ਕੰਮ ਹੀ ਆ ਉਹ ਤੇ ਤਮਕਾ ਤੁਮਕੂ ਦਿੰਦੇ ਨੇ ਜਿਹੜਾ ਆਮ ਬੰਦਾ ਹੈ ਲੜਾਈ ਝਗੜਾ ਹੋ ਜਾਂਦਾ ਜਾਂ ਕਿਸੇ ਦੇ ਨਾਲ ਕੋਈ ਵੀ ਕੇਸ ਮੁਕਦਮੇਬਾਜ਼ੀ ਹੁੰਦੀ ਹੈ ਨਾ ਅਗਲਾ ਗਵਾਹ ਨੂੰ ਛੇਤੀ ਕਿਤੇ ਆੱਖ ਮਲਾ ਕੇ ਵੀ ਨਹੀਂ ਕੁਝ ਕਹਿੰਦਾ